सत श्री अकाल सारिआं नूं, मैं जसमीत भाटिया लैंडमार्क इमीग्रेशन तो और एक करी फिर इंपॉर्टेंट इनफॉर्मेशन डिस्कस करांगे बायोमैट्रिक्स ते। सी बायोमैट्रिक्स एक इदां दा मुद्दा बनिया होया अजकल कि स्टूडेंट्स बहुत ज़्यादा इंपेशेंट हो रहे हैं एंड दे आर ट्राइंग टू फाइंड आउट सोल्यूशन कि उन्हां दे बायोमैट्रिक्स क्यों नहीं आ रहे। सो उहदे पिछे बहुत सारे रीजनस हैं कि इन्ना वड्डा बैकलॉग हैगा हाई कमीशन च VFS सेंटर्स, सो दे आर नॉट एबल टू हैंडल सो मच फाइल्स एंड बायोमैट्रिक्स। आई विल टेल यू कि जिहड़ियां डेट्स हैगियां टिल 31st of January देर आर क्लोज, मतलब 31 जनवरी तक दियां डेट्स ऑलरेडी दे चुके हैं VFS सेंटर्स। सो स्टूडेंट्स, पहली गल तो मैं सारे स्टूडेंट्स नूं एडवाइस करांगा कि बायोमैट्रिक्स जिहड़ी भी डेट ते तुहानूं आ रहे ने उन्हां डेट्स के उत्ते जरूर जाके अपने बायोमैट्रिक्स कराओ। सैकेंड, स्टूडेंट्स पुछते हैं कि मेरिया क्लासेस स्टार्ट हो रही हैं 8 जनवरी एंड मेरे बायोमैट्रिक्स है 25 दिसंबर, वॉट शुड आई डू? सो दैट इज़ अ वैलिड पॉइंट कि तुहाडियां क्लासेस स्टार्ट हो रही हैं 8 जनवरी एंड तुसी 25 जनवरी जे बायोमैट्रिक्स देंदे हो, सो यू विल नॉट बी एबल टू गो टू कैनेडा फॉर श्योर। बट जे तुहाडे कॉलेज की टैफर या रीफंड पॉलिसी इज इन योर फेवर, लाइक इफ योर कॉलेज इज सेइंग दैट यू कैन स्टार्ट योर क्लासेस एंड ਤੁਹਾਡੇ ਜਿਹੜੇ ਜੇ ਤੁਹਾਨੂੰ ਰਿਫਿਊਜ਼ਲ ਆਉਂਦੀ ਹੈ, ਵੀ ਵਿਲ ਰੀਫੰਡ ਇਨ ਫੁੱਲ, ਦੈਨ ਯੂ ਮਸਟ ਸਟਾਰਟ ਯੋਰ ਔਨਲਾਈਨ ਕਲਾਸਿਸ। ਐਂਡ ਜੇ ਤੁਹਾਡਾ ਕਾਲਜ ਕਹਿੰਦਾ ਕਿ ਰੀਫੰਡ ਪੋਲਿਸੀ ਇਜ਼ ਨੋਟ ਦੇਅਰ, ਕਿ ਤੁਹਾਡੇ ਕੁਝ ਪੈਸੇ ਕੱਟੇ ਜਾਣਗੇ, ਦੈਨ ਯੂ ਸ਼ੁੱਡ ਡੈਫਰ ਟੂ ਨੈਕਸਟ ਇਨਟੇਕ। ਸੋ ਇੱਦਾਂ ਦੇ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਦੀਆਂ ਕੁਐਰੀਜ਼ ਡੇਲੀ ਮੈਨੂੰ ਲਾਈਵ ਸ਼ੋਜ਼ 'ਤੇ ਆਉਂਦੀਆਂ। ਔਰ ਕੁਝ ਸਟੂਡੈਂਟਸ ਦੀ ਇਹ ਵੀ ਕੁਐਰੀ ਹੈਗੀ ਕਿ ਮੇਰੇ ਬਾਇਓਮੈਟ੍ਰਿਕਸ ਦੀ ਡੇਟ ਹਾਲੇ ਤੱਕ ਨਹੀਂ ਆਈ ਹੈ, ਕਿ ਮੈਂ ਚੇਨਈ, ਬੈਂਗਲੌਰ, ਕਲਕੱਤਾ ਜਾ ਕੇ ਬਾਇਓਮੈਟ੍ਰਿਕਸ ਦੇ ਸਕਦਾ। ਸੋ ਮੈਂ ਬਿਲਕੁਲ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਬਿਲਕੁਲ ਤੁਸੀਂ ਚੇਨਈ, ਹੈਦਰਾਬਾਦ, ਕਲਕੱਤਾ, ਬੈਂਗਲੌਰ ਜਾ ਕੇ ਬਾਇਓਮੈਟ੍ਰਿਕਸ ਦੇ ਸਕਦੇ ਹੋ ਜੇ ਤੁਹਾਨੂੰ ਡੇਟ ਮਿਲ ਜਾਂਦੀ ਹੈ। ਸੋ ਵਾਇਲ ਚੂਜ਼ਿੰਗ ਦ ਸੈਂਟਰ ਆਫ ਬਾਇਓਮੈਟ੍ਰਿਕਸ, ਦੈਨ ਯੂ ਸ਼ੁੱਡ ਪੁੱਟ ਔਨ ਦੈਟ ਯੂ ਵਾਂਟ ਟੂ ਗਿਵ ਯੂਅਰ ਬਾਇਓਮੈਟ੍ਰਿਕਸ ਇਨ ਚੇਨਈ ਔਰ ਕਲਕੱਤਾ। ਸੋ ਸਟੂਡੈਂਟਸ, ਦੈਟ ਇਜ਼ ਉੱਥੇ ਥੋੜ੍ਹਾ ਜਿਹਾ ਰਸ਼ ਘੱਟ ਹੈ ਐਜ਼ ਕੰਪੇਅਰ ਟੂ ਨੌਰਥ ਇੰਡੀਆ ਐਂਡ ਗੁਜਰਾਤ, ਜਿਸ 'ਚ ਬਹੁਤ ਹੀ ਜ਼ਿਆਦਾ ਸਟੂਡੈਂਟਸ ਕੈਨੇਡਾ ਲਈ ਅਪਲਾਈ ਕਰਦੇ ਹੈ ਔਰ ਵੇਟਿੰਗ ਬਹੁਤ ਜ਼ਿਆਦਾ ਵਧੀ ਹੋਈ ਹੈ। ਸੋ ਸਾਡੀ VFS ਨਾਲ ਡਿਸਕਸ਼ਨ ਹੋਈ ਸੀ, ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ 300 ਬਾਇਓਮੈਟ੍ਰਿਕਸ ਪਰ ਸੈਂਟਰ ਡੇਲੀ ਕਰ ਰਹੇ ਸੀ, ਬਟ ਵੀ ਆਰ ਟਰਾਇੰਗ ਟੂ ਡੂ 500 ਬਾਇਓਮੈਟ੍ਰਿਕਸ ਐਂਡ ਅੱਜ ਕੱਲ੍ਹ VFS ਸੈਂਟਰਸ ਦੇ ਆਰ ਵਰਕਿੰਗ ਫੁੱਲ 24 hours, ਮੇ ਬੀ ਦੇ ਆਰ ਵਰਕਿੰਗ ਇਨ ਸ਼ਿਫਟਸ ਐਂਡ ਦੇ ਆਰ ਵਰਕਿੰਗ 24 hours ਦੈਟ ਟੂ ਅਕੋਮੋਡੇਟ ਆਲ ਦ ਬਾਇਓਮੈਟ੍ਰਿਕ ਰਿਕੁਐਸਟ। ਸੋ ਸਟੂਡੈਂਟਸ ਨੂੰ ਮੈਂ ਇਹ ਐਡਵਾਈਸ ਕਰਾਂਗਾ ਕਿ ਬਾਇਓਮੈਟ੍ਰਿਕਸ ਦੀ ਚਿੰਤਾ ਬਹੁਤ ਵੱਡੀ ਬਣੀ ਹੋਈ ਹੈ, ਪਲੀਜ਼ ਇਸ ਉੱਤੇ ਆਪਾਂ ਇਮਪੇਸ਼ੈਂਟ ਨਾ ਹੋਈਏ। ਇੰਨੀ ਦੇਰ ਆਪਾਂ ਵੇਟ ਕੀਤਾ, ਆਪਾਂ ਹੋਰ ਵੇਟ ਕਰੀਏ ਅਤੇ ਜਦੋਂ ਸਾਡੇ ਬਾਇਓਮੈਟ੍ਰਿਕਸ ਹੋ ਜਾਂਦੇ ਆ ਰਿਜ਼ਲਟਸ ਦੀ ਵੇਟ ਕਰੀਏ। ਬਟ ਸਟੂਡੈਂਟਸ, ਜੇ ਤੁਸੀਂ ਔਨਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਹੋ ਉਹਦੇ ਬਹੁਤ ਸਾਰੇ ਫਾਇਦੇ ਹੈ, ਕਿਉਂਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੂਰਾ ਮਿਲੇਗਾ ਤੁਹਾਨੂੰ ਜੇ ਤੁਸੀਂ ਔਨਲਾਈਨ ਕਲਾਸਿਸ ਲਗਾਉਂਦੇ ਹੋ। ਸੋ ਜੇ ਤੁਹਾਡਾ ਸੈਸ਼ਨ ਜਿਵੇਂ 8 ਜਨਵਰੀ ਸਟਾਰਟ ਹੋ ਰਿਹਾ ਔਰ ਤੁਸੀਂ ਆਪਣੀ ਫਾਈਲ 10 ਦਸੰਬਰ ਲੌਜ ਕੀਤੀ ਸੀ, ਤਾਂ ਸਟੂਡੈਂਟਸ ਤੁਸੀਂ ਬੇਸ਼ੱਕ ਆਪਣੀ ਔਨਲਾਈਨ ਕਲਾਸਿਸ ਲਗਾ ਸਕਦੇ ਹੋ ਔਰ ਔਨਲਾਈਨ ਕਲਾਸਿਸ ਦਾ ਪੂਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਔਨਲਾਈਨ ਕਲਾਸਿਸ ਲਗਾਉਣ ਦੇ ਇੱਕ ਹੋਰ ਫਾਇਦੇ, ਸਪੋਜ਼ ਤੁਸੀਂ ਔਨਲਾਈਨ ਕਲਾਸਿਸ ਸਟਾਰਟ ਕਰਦੇ ਹਾਂ ਔਰ ਤੁਹਾਨੂੰ ਤੁਹਾਡਾ ਵੀਜ਼ਾ ਸਟੈਂਪ ਹੋ ਕੇ 25 ਫਰਵਰੀ ਤੱਕ ਆਉਂਦਾ। ਸੋ ਸਟੂਡੈਂਟਸ ਨੂੰ ਮੈਂ ਇਹ ਗਾਈਡ ਕਰਾਂਗਾ ਕਿ 25 ਫਰਵਰੀ ਵੀ ਤੁਸੀਂ ਟਰੈਵਲ ਕਰ ਸਕੋਗੇ ਕੈਨੇਡਾ ਲਈ। ਔਰ ਜੇ ਤੁਸੀਂ ਔਨਲਾਈਨ ਕਲਾਸਿਸ ਨਹੀਂ ਲਗਾ ਰਹੇ ਔਰ ਤੁਸੀਂ ਡੈਫਰ ਲੈ ਲਈ ਹੈ ਸੀ ਮਈ ਔਰ ਸਪਤੰਬਰ 2021 ਦੀ, ਤਾਂ ਤੁਸੀਂ ਤਦ ਤੱਕ ਟਰੈਵਲ ਨਹੀਂ ਕਰ ਸਕਦੇ 3 ਹਫ਼ਤੇ ਤੋਂ ਪਹਿਲਾਂ। ਸੋ 3 weeks ਬਿਫੋਰ ਓਨਲੀ ਯੂ ਕੈਨ ਗੋ ਵੈਨ ਯੂਅਰ ਕਲਾਸਿਸ ਸਟਾਰਟ, ਸੋ ਤੁਸੀਂ ਟਰੈਵਲ ਨਹੀਂ ਕਰ ਸਕਦੇ ਉਸ ਤੋਂ ਪਹਿਲਾਂ। ਸੋ ਸਟੂਡੈਂਟਸ, ਔਨਲਾਈਨ ਕਲਾਸਿਸ ਲਗਾਉਣੀਆਂ ਇਸ ਲਈ ਵੀ ਮੈਂਡੇਟਰੀ ਬਣ ਜਾਂਦੀਆਂ ਕਿਉਂਕਿ ਸਟੂਡੈਂਟਸ ਨੂੰ ਡੈਫਰ ਨਹੀਂ ਮਿਲ ਪਾ ਰਹੇ, ਮਈ ਔਰ ਸਪਤੰਬਰ 'ਚ ਸੇਮ ਕੋਰਸਿਸ ਨਹੀਂ ਮਿਲ ਪਾ ਰਹੇ। ਇਹ ਵੀ ਇੱਕ ਰੀਜ਼ਨ ਬਣ ਜਾਂਦਾ ਤੁਹਾਨੂੰ ਔਨਲਾਈਨ ਕਲਾਸਿਸ ਲਗਾਉਣ ਦਾ, ਕਿ ਜੇ ਤੁਹਾਨੂੰ ਜੇ ਡੈਫਰ ਨਹੀਂ ਮਿਲਦੇ ਤਾਂ ਔਨਲਾਈਨ ਕਲਾਸਿਸ ਲਗਾ ਸਕਦੇ ਹੋ। ਪਰ ਆਪਾਂ ਧਿਆਨ ਰੱਖਣਾ ਕਿ ਜਿਹੜੀ ਕਾਲਜ ਦੀ ਡੈਫਰ ਔਰ ਰੀਫੰਡ ਪੋਲਿਸੀ ਹੈ ਉਹ ਸਾਡੇ ਫੇਵਰ 'ਚ ਹੈਗੀ ਹੈ। ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜੀ ਡੈਫਰ ਔਰ ਰੀਫੰਡ ਪੋਲਿਸੀ ਹੈ ਦੈਟ ਇਜ਼ ਇਨ ਫੇਵਰ ਆਫ ਦ ਸਟੂਡੈਂਟ, ਤਾਂ ਕਿ ਤੁਹਾਡੀ ਜਿਹੜੀ ਫੀਸ ਹੈ
ਉਹ ਸੇਫ ਹੋਵੇ। ਸੋ ਲੈਂਡਮਾਰਕ ਇਮੀਗ੍ਰੇਸ਼ਨ ਆਉਣ ਵਾਲੇ ਇਨਟੇਕਸ ਦੀਆਂ ਸਾਰੀਆਂ 'ਚ ਆਫਰ ਲੈਟਰਸ ਅਵੇਲੇਬਲ ਹੈਗੀਆਂ, ਚਾਹੇ ਤੁਸੀਂ ਨੌਰਥਵੈਸਟ ਕਾਲਜ, ਸਸਕੈਚੂਨ ਪੋਲੀਟੈਕਨਿਕ, ਸੇਟ, ਬਾਓ ਵੈਲੀ ਕਾਲਜ, ਨੇਟ, ਕਿਸੇ ਵੀ ਕਾਲਜ 'ਚ ਅਪਲਾਈ ਕਰਨਾ ਚਾਹੁੰਦੇ ਹੋ, ਸੈਨਿਕਾ ਕਾਲਜ, ਲੈਂਪਟਨ ਕਾਲਜ, ਕੈਂਬਰੀਅਨ ਕਾਲਜ, ਕਿਸੇ ਵੀ ਕਾਲਜ 'ਚ ਅਪਲਾਈ ਕਰਨਾ ਚਾਹੁੰਦੇ ਹੋ, ਸੀਟਸ ਆਰ ਅਵੇਲੇਬਲ ਰਾਈਟ ਨਾਓ। ਪਰ ਬਹੁਤ ਜਲਦੀ ਆਉਣ ਵਾਲੇ ਇਨਟੇਕਸ ਦੀਆਂ ਸੀਟਸ ਖਤਮ ਹੋ ਜਾਣਗੀਆਂ, ਕਿਉਂਕਿ ਕੁਛ ਰਸ਼ ਹੀ ਇੱਦਾਂ ਦਾ ਬਣਿਆ ਹੋਇਆ। ਔਰ 2021 ਦਾ ਇਨਟੇਕ ਮਿਸ ਹੋ ਸਕਦਾ ਜੇ ਤੁਸੀਂ ਇਸ ਸਾਲ ਆਪਣੀ ਫਾਈਲ ਜਲਦ ਤੋਂ ਜਲਦ ਲੌਗਇਨ ਨਹੀਂ ਕਰਦੇ, ਕਿਉਂਕਿ ਪ੍ਰੋਸੈਸਿੰਗ ਟਾਈਮਸ ਨੂੰ ਵੀ ਦੇਖਣ ਨੂੰ ਮਿਲ ਰਿਹਾ ਕਿ 36 ਹਫ਼ਤੇ ਤੱਕ ਦਾ ਪ੍ਰੋਸੈਸਿੰਗ ਟਾਈਮ ਲਿਖਿਆ ਦੇ ਜਾ ਚੁੱਕਿਆ ਹਾਈ ਕਮਿਸ਼ਨ ਵੱਲੋਂ। ਦੈਟ ਮੀਨਸ 9 ਮੰਥਸ। ਸੋ ਪ੍ਰੋਸੈਸਿੰਗ ਟਾਈਮ ਟਾਈਮ ਟੂ ਟਾਈਮ ਸਿਰ ਅਪਡੇਟ ਹੁੰਦਾ ਰਹਿੰਦਾ, ਔਰ ਆਉਣ ਵਾਲੇ 1-2 ਮਹੀਨੇ 'ਚ ਪ੍ਰੋਸੈਸਿੰਗ ਟਾਈਮ ਸਲੋਅ ਹੁੰਦਾ ਵੀ ਨਜ਼ਰ ਆਏਗਾ, ਘੱਟ ਹੁੰਦਾ ਵੀ ਨਜ਼ਰ ਆਏਗਾ, ਕਿਉਂਕਿ ਜਦੋਂ ਬੈਕਲੌਗ ਖਤਮ ਹੋ ਜਾਏਗਾ ਇੰਨੀਆਂ ਸਾਰੀਆਂ ਫਾਈਲਾਂ ਦਾ ਤਾਂ ਪ੍ਰੋਸੈਸਿੰਗ ਟਾਈਮ ਵੀ ਘੱਟ ਜਾਏਗਾ। ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ, ਜਲੰਧਰ, ਲੁਧਿਆਣਾ, ਮੋਗਾ, ਅੰਮ੍ਰਿਤਸਰ, ਚੰਡੀਗੜ੍ਹ, ਮੋਹਾਲੀ, ਵਡੋਦਰਾ 'ਚ। ਜੇ ਤੁਸੀਂ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਸਾਡੇ ਮੈਨੇਜਰਸ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਇਸ ਨੰਬਰ 'ਤੇ ਵਟਸਐਪ ਕਰ ਸਕਦੇ ਹੋ 90413-90412, info@landmarkimmigration 'ਤੇ ਸਾਨੂੰ ਮੇਲ ਕਰ ਸਕਦੇ ਹੋ ਅਸੈਸਮੈਂਟ ਲਈ। ਧੰਨਵਾਦ।